ਬੀਬੀ ਜੀ ਕੀ ਕਿਤਾ ਛੋਟਾ ਬੱਚਾ ਹੈ ਹਾਂਜੀ ਬਾਪਾ ਜੀ ਜਾਲ ਬੱਚਾ ਹੈ ਜੀ ਕੀ ਨਾਂ ਜੀ ਇਹਦਾ ਇਹਦਾ ਹਰਸ਼ਪ੍ਰੀਤ ਰਾਏ ਜੀ ਹਰਪ੍ਰੀਤ ਸਿੰਘ ਜੀ ਹਾਂਜੀ ਅੱਛਾ ਕਿੱਥੇ ਰਹਿੰਦੇ ਤੁਸੀਂ ਅਸੀਂ ਜੀ ਲੈਣੇ ਜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕਲੋਨੀ ਹਾਂਜੀ ਨੂਰਪੁਰ ਰੋਡ ਜੀ ਹਾਂਜੀ ਨੇੜੇ ਚਰਨ ਕਮਲ ਸਾਹਿਬ ਗੁਰਦੁਆਰਾ ਜੀ ਮਾਛੀਵਾੜਾ ਸਾਹਿਬ ਜੀ ਮਾਛੀਵਾੜਾ ਸਾਹਿਬ ਕੀ ਹੋਇਆ ਕਿੱਦਾਂ ਬੱਚਾ ਇਹ ਲਾਪਤਾ ਕਿੱਦਾਂ ਹੋਇਆ ਇਹ ਲਾਪਤਾ ਜੀ ਅਸੀਂ ਗੁਰਪੁਰਬਾਂ ਲੱਗੇ ਸੀ ਜੀ ਮੱਥਾ ਟੇਕਣ ਵਾਸਤੇ ਇਹ ਜਿਹੜਾ 27 ਤਰੀਕ ਨੂੰ ਇਹ ਇਕੱਲਾ ਹੀ ਸੀ ਜੀ ਇਹ ਘਰੋਂ ਇਕੱਲਾ ਹੀ ਹੈ ਕਹਿੰਦਾ ਮੈਂ ਮੰਮੀ ਚੱਲਿਆ ਗੁਰਦੁਆਰੇ ਹਾਂਜੀ ਗੁਰਦੁਆਰੇ ਪਹੁੰਚਿਆ ਜੀ ਇਹ ਗੁਰਦੁਆਰੇ ਤੋਂ ਇਲਾਵਾ ਇਹ ਕਿਸੇ ਨਾਲ ਵਿਆਹ ਕੇ ਚਲੇ ਗਿਆ ਜੀ ਅੱਛਾ ਅਤੇ ਉਸ ਤੋਂ ਬਾਅਦ ਇਹਦਾ ਕੋਈ ਪਤਾ ਨਹੀਂ ਲੱਗਿਆ ਤੁਸੀਂ ਲੱਭਿਆ ਨਾ ਜੀ ਅਸੀਂ ਲੱਭਿਆ ਸਾਨੂੰ ਇੱਕ ਬੰਦੇ ਬੈਠਾ ਸੀ ਜੀ ਅਸੀਂ ਉਹਨੂੰ ਪੁੱਛਿਆ ਕਹਿੰਦਾ ਮੈਂ ਅਨੰਦਪੁਰ ਦਾ ਚੱਲਿਆ ਵੀ ਸਾਰੀ ਗੱਡੀ ਖੜੀ ਸਾਡੀ ਖੜੀ ਗਈ ਸਾਨੂੰ ਨਹੀਂ ਇੰਨਾ ਪਤਾ ਜੀ ਗਾ ਵੀ ਕਿੱਥੇ ਗਿਆ ਕਿੱਥੇ ਗਿਆ ਜੀ ਅਸੀਂ ਬਹੁਤ ਭਾਲ ਕੀਤੀ ਹੈ ਕੈਮਰੇ ਚੈੱਕ ਕਰੇ ਨੇ ਥਾਣੇ 'ਚ ਅਸੀਂ ਕਹਿੰਦੇ ਸਾਨੂੰ ਕਿੱਧਰ ਨਹੀਂ ਲੱਭਦਾ ਪਿਆ ਜੀ ਥਾਣੇ ਵਾਲਾ ਨੇ ਕੀ ਕੀਤਾ ਕਾਰਵਾਈ ਕੀਤੀ ਹੈ ਜੀ ਹਾਂਜੀ ਕਾਰਵਾਈ ਸਾਰੀ ਪੂਰੀ ਕਰਤੀ ਜੀ ਕਹਿੰਦਾ ਸਾਡੇ ਨਾਲ ਲੱਗੇ ਫਿਰ ਕਾਰਵਾਈ ਕਰਦੇ ਪਏ ਅੱਜ ਜੀ ਸੋਮਵਾਰ ਸਾਡੇ ਨਾਲ ਤੁਰਦੇ ਪਏ ਸਾਰੇ ਮੰਗਲਵਾਰ ਦੇ ਹਾਂਜੀ ਸਾਡਾ ਪੂਰੀ ਕਾਰਵਾਈ ਕਰਦੇ ਪਏ ਸਾਡੇ ਨਾਲ ਜੀ ਤੁਸੀਂ ਕੀ ਮੰਗ ਕੀ ਕਰਦੇ ਹੁਣ ਅਸੀਂ ਕਹਿੰਦੇ ਹੁਣ ਲੱਗਦਾ ਸ਼ੱਕ ਆ ਕਿਸੇ ਤੁਹਾਡੀ ਕਿਸੇ ਨਾਲ ਦੁਸ਼ਮਣੀ ਆ ਸਾਨੂੰ ਕਿਸੇ ਦੁਸ਼ਮਣੀ ਨਹੀਂ ਹੈਗੀ ਜੀ ਸਾਨੂੰ ਕਿਸੇ ਸ਼ੱਕ ਨਹੀਂ ਹੈਗਾ ਜੀ ਅਸੀਂ ਕਹਿੰਦੇ ਜੀ ਜਿੱਥੇ ਸਾਡਾ ਬੱਚਾ ਜੀ ਸਹੀ ਸਲਾਮਤ ਬੱਚਾ ਸਾਡਾ ਘਰ ਵਾਪਸ ਆ ਜਾਏ ਜੀ ਪੁਲਿਸ ਨੇ ਅਗਵਾਹ ਦਾ ਮਾਮਲਾ ਦਰਜ ਕੀਤਾ ਨਾ ਤਾਂ ਕਰਕੇ ਪੁੱਛਿਆ ਵੀ ਉਹਨੂੰ ਕੋਈ ਸ਼ੱਕ ਆ ਉਹਨੂੰ ਕੋਈ ਸ਼ੱਕ ਲੱਗੀ ਆ ਸਾਨੂੰ ਕਿਹਾ ਸੀ ਮਾਣੇ ਜਿਹਦੇ ਪਾਪਾ ਕੋਲ ਲੱਗਿਆ ਹੋਵੇ ਮੈਂ ਪਾਪਾ ਕੋਲ ਪਾਪਾ ਕਹਿੰਦਾ ਮੇਰੇ ਕੋਲ ਆਇਆ ਨਹੀਂ ਹੈਗਾ ਜੀ ਪਾਪਾ ਅੱਛਾ ਤੁਹਾਡੇ ਦੂਜੇ ਬੱਚੇ ਦੂਜੇ ਵਿਆਹ ਦਾ ਘਰ ਵੱਲ ਦਾ ਜੀ ਮੇਰੇ ਘਰ ਵੱਲ ਦਾ ਜੀ ਅੱਛਾ ਉਹਦਾ ਬੱਚਾ ਉਹ ਜੀ ਇੰਦਰਾ ਕਾਲੋਨੀ ਰਹਿੰਦਾ ਜੀ ਹਾਂਜੀ ਉਹ ਕਹਿੰਦਾ ਮੈਂ ਪਾਪਾ ਨੂੰ ਮਿਲਣਾ ਇਹ ਨਹੀਂ ਪਤਾ ਜੀ ਪਾਪਾ ਕੋਲ ਗਿਆ ਜੀ ਇਹ ਨਹੀਂ ਪਤਾ ਜੀ ਕਿੱਥੋਂ ਗਿਆ ਕਰੂੰ ਜੀ ਸਾਨੂੰ ਆ ਕੇ ਮੈਂ ਮੰਮੀ ਗੁਰਦੁਆਰਾ ਚੱਲਿਆ ਮੁੜ ਕੇ 9 ਵਜੇ ਦਾ ਘਰੋਂ ਨਿਕਲਿਆ ਮੁੜ ਕੇ ਘਰ ਨਹੀਂ ਆਇਆ ਜੀ ਇਹਦੇ ਬੱਚਾ ਇਹਦੇ ਪਾਪਾ ਨੂੰ ਪੁੱਛਿਆ ਤੁਸੀਂ ਵੀ ਤੁਹਾਡੇ ਕੋਲ ਆਇਆ ਇਹ ਪਾਪਾ ਨੂੰ ਪੁੱਛਿਆ ਪਾਪਾ ਕੋਈ ਬੋਲਦਾ ਸਾਨੂੰ ਗਾਲਾ ਕਰਦਾ ਕਹਿੰਦਾ ਮੈਨੂੰ ਪਤਾ ਕਿੱਥੇ ਮਰਜ਼ੀ ਜਾਵੇ ਨਾ ਜਾਵੇ ਜੀ ਅਸੀਂ ਬਹੁਤ ਜੋ ਲੈ ਵੀ ਮੁੰਡੇ ਨੂੰ ਮਿਲ ਲਿਆ ਤੇਰਾ ਮੁੰਡਾ ਤੇਰੀ ਮੰਦ ਯਾਦ ਕਰਦਾ ਵੀ ਪਾਪਾ ਨੂੰ ਮਿਲਣਾ ਪਾਪਾ ਨੂੰ ਮਿਲਣਾ ਪਾਪੜ ਸਾਰੀ ਇੱਕੜੀ ਗੱਲ ਮੰਨੀ ਜੀ ਉਹਨੂੰ ਬਹੁਤ ਫੋਨ ਕਰ ਰਿਹਾ ਸੀ ਵੀ ਸਾਨੂੰ ਮੁੰਡੇ ਦੇ ਬੱਚੇ ਨੇ ਮਿਲਣਾ ਬੱਚੇ ਨੇ ਬਹੁਤ ਜ਼ੋਰ ਲਾਇਆ ਸੀਗਾ ਇਹ ਪਾਪਾ ਨੂੰ ਮਿਲਣ ਨਹੀਂ ਆਇਆ ਜੀ ਸਕੂਲ ਵਿੱਚ ਵੀ ਲੋਕੀ ਮੇਰੇ ਮਾਸ ਦਾ ਫੋਨ ਆਇਆ ਵੀ ਕੋਈ ਅਗਵਾਹ ਕੀਤਾ ਤੁਹਾਡਾ ਕੋਈ ਪੈਸੇ ਦੇ ਆਇਆ ਨਹੀਂ ਸਾਨੂੰ ਗਾਲਾਂ ਕਰਦਾ ਉਲਟਾ ਜਿਹੜੀ ਕਿਸੇ ਹੋਰ ਵਿਅਕਤੀ ਦਾ ਫੋਨ ਤਾਂ ਨਹੀਂ ਆਇਆ ਵੀ ਤੁਹਾਡਾ ਬੱਚਾ ਸਾਡੇ ਕੋਲ ਅਗਵਾਹ ਕੀਤਾ ਹੋਇਆ ਜਾਂ ਕੋਈ ਪੈਸੇ ਦੀ ਲੋੜ ਹੈ ਜਾਂ ਕੋਈ ਇਦਾਂ ਨਾ ਜੀ ਸਾਨੂੰ ਕਿਸੇ ਦਾ ਫੋਨ ਨਹੀਂ ਆਇਆ ਵੀ ਤੁਹਾਡੀ ਕਿਸੇ ਦਾ ਕੋਈ ਦੁਸ਼ਮਣੀ ਨਹੀਂ ਸਾਡੀ ਕਿਸੇ ਦਾ ਦੁਸ਼ਮਣੀ ਸਾਡੀ ਦੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਕਹਿੰਦੇ ਜੀ ਇੱਥੇ ਹੋਵੇ ਸਾਡਾ ਬੱਚਾ ਸਾਨੂੰ ਵਾਪਸ ਦੇ ਦਿਓ ਜੀ ਲੋਕਾਂ ਨੂੰ ਵੀ ਕਹਿ ਦਿਓ ਵੀ ਇਹ ਬੱਚਾ ਕੀ ਵੀ ਸਾਡਾ ਬੱਚਾ ਸਾਨੂੰ ਦੇ ਜੀ ਜਿੱਥੇ ਤੁਹਾਨੂੰ ਬੱਚਾ ਮਿਲਦਾ ਜੀ ਸਾਡਾ ਬੱਚਾ ਸਾਨੂੰ ਫੜਾਓ ਜੀ ਸਾਡੇ ਤੁਹਾਡੇ ਧੰਨਵਾਦ ਹੈ ਜੀ ਤੁਸੀਂ ਕਿਹਾ ਪਹਿਲਾਂ ਇਹਦੇ ਪੁਰਾਣੀ ਫੋਟੋ ਆ ਜੂੜੇ ਵਾਲੀ ਆ ਹੁਣ ਇਹ ਵੀਰ ਜੀ ਦੇਖੋ ਜੀ ਪਹਿਲਾਂ ਕਿ ਮੇਰੀ ਭਰਜਾਈ ਦੀ ਦੱਸੋ ਕਿ ਜਮਾਤ ਚੱਲ ਗਈ ਸੀ ਇਸ ਬੱਚੇ ਦੇ ਮਗਰੂ ਵਾਲ ਕਟਵਾ ਲਈ ਜੀ ਹੁਣ ਇਹ ਮੋਨਾ ਬੱਚਾ ਇਹ ਹੁਣ ਮੋਨਾ ਜੀ ਠੀਕ ਹੈ ਜਿੱਥੇ ਵੀ ਹੋਵੇ ਜੀ ਹਰੀ ਟੋਪੀ ਪਾਈਏ ਲਾਲ ਇਹਦੀ ਨਾ ਕਿ ਕੋਟੀ ਪਾਈਏ ਨੀਲੀ ਲਾਲ ਕੋਟੀ ਪਾਈਏ ਨਾ ਕਿ ਜੀਨ ਦੀ ਪੈਂਟ ਪਾਈਏ ਪੈਰਾਂ ਚੱਪਲਾਂ ਪਾਈਆਂ ਨੇ ਠੀਕ ਕਰੂ ਗੁਰਦੁਆਰੇ ਆ ਕੇ ਗਿਆ ਜੀ 29 ਤਰੀਕ ਨੂੰ ਨਾ ਸਾਡੇ ਕੋਲ ਇੱਕ ਲੇਡੀਜ਼ ਹੈ ਜਿਹਦਾ ਨਾਮ ਹੈ ਤੀਰਥ ਕੌਰ ਬਾਈ ਭਾਵ ਤਰਨਜੀਤ ਸਿੰਘ ਉਹ ਸਾਡੇ ਕੋਲ ਆਈ ਸੀ ਕਹਿੰਦੀ ਵੀ 27 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਮੇਰਾ ਬੱਚਾ ਹਰਸ਼ਪ੍ਰੀਤ ਸਿੰਘ ਜਿਹਦੀ ਉਮਰ 12 ਸਾਲ ਹੈ ਘਰੋਂ ਗਿਆ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਵੀ ਵਾਪਸ ਨਹੀਂ ਆਇਆ ਤੇ ਲੱਭਦੇ ਲੱਭਦੇ ਰਹੇ ਨਹੀਂ ਲੱਭਿਆ ਜਿਹਦੇ ਸੰਬੰਧ 'ਚ ਅਸੀਂ 365 IPC ਦਾ ਮੁਕੱਦਮਾ ਨੰਬਰ 247 ਦਰਜ ਕਰਤਾ CCTV ਕੈਮਰੇ ਦੇਖ ਰਿਹਾ ਲੱਭ ਰਿਹਾ ਉਮੀਦ ਆ ਵੀ ਜਲਦੀ ਲੱਭ ਲਾਂਗੇ ਸਰ ਕੀ ਲੱਗਦਾ ਜੀ ਕੀ ਕਾਰਨ ਹੋ ਸਕਦਾ ਜੀ ਘਰੋਂ ਜਾਣ ਦਾ ਜਿਹਦੇ ਦੇਖੋ ਜੀ ਹਾਲੇ ਕੋਈ ਗੱਲ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਹੈਗੀ ਸਾਡੇ ਇਹ ਤਾਂ ਹੁਣ ਬੱਚਾ ਮਿਲੇ 'ਤੇ ਪਤਾ ਲੱਗੂਗਾ